ਬਲਦੀਪ ਸਿੰਘ ਦੀ ਪੁਸਤਕ ਹੈ ਨਾਗਵਲ ਪਹਿਲੀ ਕਹਾਣੀ ਫੁਲਕਾਰੀ ਪਿੰਡ 'ਚ ਜਗੋਂ ਤੇਰਵੀਂ ਦਾ ਨਹੀਂ ਪਰ ਇਕੱਲੋ ਕਰ ਗੱਲ ਵਾਪਰ ਗਈ ਟਿਕੇ ਪਾਣੀਆਂ 'ਚ ਜਿਵੇਂ ਕਿਸੇ ਸ਼ਰਾਰਤੀ ਨੇ ਪੱਥਰ ਸੁੱਟ ਦਿੱਤਾ ਹੋਵੇ ਪਿੰਡ ਦੇ ਲੋਕ ਕਣਕਾਂ ਵੱਢ ਕੇ ਘਰੀ ਪਰਤ ਰਹੇ ਸਨ ਕੁਝ ਘਰੀ ਪਹੁੰਚ ਚੁੱਕੇ ਸਨ ਕੁਝ ਰਾਹਾਂ 'ਚ ਸਨ ਕੁਝ ਹਾਲੀ ਖੇਤਾਂ ਵਿੱਚ ਹੀ ਸਾਮ ਸੰਭਾਈ ਤੇ ਹਿਸਾਬ ਕਿਤਾਬ ਕਰ ਰਹੇ ਸਨ ਕੇਰੇ ਚੌਕੀਦਾਰ ਦਾ ਖੜਕਦਾ ਪੀਪਾ ਸਭਨਾਂ ਨੂੰ ਸੁਣਿਆ ਘਰਾਂ ਨੂੰ ਵੀ ਰਾਹਾਂ ਵਾਲਿਆਂ ਨੂੰ ਵੀ ਤੇ ਖੇਤਾਂ ਵਾਲਿਆਂ ਨੂੰ ਵੀ ਤੇ ਫਿਰ ਕੇਰੇ ਚੌਕੀਦਾਰ ਦੀ ਭਾਰੀ ਆਵਾਜ਼ ਜਵੇਂ ਸੌਣ ਮਹੀਨੇ ਦਾ ਬੱਦਲ ਗੱਜਦਾ ਲੋਕਾਂ ਹੱਥ ਰੋਕ ਲਏ ਬੁੱਲ ਸੀ ਲੈ ਕੰਨ ਝੁਕ ਲੈ ਪਿੰਡ ਵਾਸੀਓ ਬਜ਼ੁਰਗੋ ਭਰਾਓ ਜਿਹੜੇ ਵੀ ਕਿਸੇ ਪੁਰਾਣੇ ਜ਼ਮੀਨ ਵੇਚਣੀ ਹੋਵੇ ਗਹਿਣੇ ਕਰਨੀ ਹੋਵੇ ਬੰਬਈ ਵਾਲਾ ਭਗੇਲ ਸਿੰਘ ਖਰੀਦੂਗਾ ਪੈਸੇ ਨਗਦ ਦਿੱਤੇ ਜਾਣਗੇ ਬਈਓ ਇੱਕ ਦੋ ਵਾਰ ਤੇ ਫਿਰ ਇੱਕ ਵਾਰ ਪਿੰਡ ਦੀ ਅੰਗਲੀਆਂ ਦੇ ਵਿੱਚੋਂ ਦੀ ਹੁੰਦਾ ਕੰਦਾ ਨਾਲ ਕਸਰਦਾ ਇਹ ਹੋਕਾ ਹਨੇਰਾ ਹੁੰਦੇ ਪਿੰਡ ਦੀ ਫਿਜ਼ਾ 'ਚ ਖੇਲਰ ਗਿਆ ਕਈ ਲੋੜਵੰਦਾਂ ਦੀਆਂ ਅੱਖਾਂ 'ਚ ਚਮਕਾਈ ਕਈ ਖਾਂਦੇ ਪੀਂਦੇ ਘਰਾਂ ਨੇ ਦੰਦ ਕਿਰਚੇ ਤੇ ਉਸੇ ਰਾਤ ਪਿੰਡ ਦੇ ਲੋਕਾਂ ਨੇ ਬੰਬਈ ਵਾਲੇ ਬਘੇਲ ਸਿੰਘ ਦੇ ਘਰ ਦੀ ਛੱਤ ਤੋਂ ਇੱਕ ਹੋਰ ਹੋਕਾ ਸੁਣਿਆ ਮੇਰਾ ਬੰਦਾ ਜ਼ਮੀਨਾਂ ਖਰੀਦਦਾ ਫਿਰਦਾ ਇਹ ਲੋਕੋ ਇਸ ਪਿੰਡ 'ਚ ਹੈ ਕੋਈ ਮਰਦ ਜਿਹੜਾ ਮੈਨੂੰ ਖਰੀਦੇ ਮੈਂ ਵਿਕਾਊ ਆਂ ਵੇ ਪਿੰਡਾ ਆ ਆ ਤੇ ਫਿਰ ਜਿਵੇਂ ਕੋਈ ਤਾਹਾਂ ਮਾਰ ਕੇ ਰੋਂਦਾ ਹੈ ਵੇੜੇ ਵਿੱਚੋਂ ਇੱਕ ਲਲਕਾਰਾ ਵੀ ਸੁਣਿਆ ਲੋਕਾਂ ਨੂੰ ਛੱਡ ਇਹਦੀ ਮਾਂ ਦੀ ਕੁੱਤੀ ਰੰਨਦੀ ਮੈਂ ਕਰਦਾ ਠੰਡੀ ਇਹਨੂੰ ਫਿਰ ਤੀਵੀਆਂ ਤੇ ਕੁੜੀਆਂ ਦਾ ਰੌਲਾ ਸੁਣਿਆ ਲੋਕਾਂ ਜਿਹੜੇ ਲੋਕ ਛੱਤਾਂ ਉੱਤੋਂ ਦੀ ਜਾਂ ਬਨੇਰਿਆਂ ਉੱਤੋਂ ਦੀ ਬਘੇਲ ਸਿੰਘ ਦੇ ਵੇੜੇ 'ਚ ਝਾਕੇ ਉਹਨਾਂ ਨੇ ਇੱਕ ਜਲਾਵ ਵੀ ਤੱਕਿਆ ਬਘੇਲ ਸਿੰਘ ਦੀ ਘਰ ਵਾਲੀ ਦਾ ਜੇਠ ਲੱਕ ਤੋਂ ਉੱਪਰ ਚਾਦਰਾਂ ਚੁੱਕੀ ਪੌੜੀਆਂ ਚੜਨ ਦੀ ਜ਼ਿੱਦ ਕਰ ਰਿਹਾ ਸੀ ਉਹਦੀਆਂ ਦੋ ਜਵਾਨ ਧੀਆਂ ਬਾਪੂ ਦੀ ਇਸ ਹਰਕਤ ਤੇ ਅਚੰਭਾ ਹੋਈਆਂ ਚੌਂਕੇ 'ਚ ਹੱਥਾਂ ਨਾਲ ਮੂੰਹ ਛੁਪਾਈ ਖੜੀਆਂ ਸਨ ਬਘੇਲ ਸਿੰਘ ਤੋਂ ਛੋਟਾ ਪੌੜੀ ਦੇ ਡੰਡੇ ਤੇ ਅੜਿਆ ਖੜਾ ਸੀ ਕਮਲਾ ਹੋ ਗਿਆ ਬਾਈ ਤੂੰ ਵੀ ਸਿਆਣਾ ਬਣ ਕੁਛ ਅਕਲ ਕਰ ਕੁੜੀਆਂ ਵੱਲ ਵੇਖ ਤੂੰ ਤਾਂ ਉਹਨਾਂ ਕੰਜਰਾਂ ਨਾਲ ਵੀ ਟੱਪ ਗਿਆ ਤੇ ਛੋਟੀਆਂ ਪਰਜਾਈਆਂ ਬੂਰੀ ਭਰਾਵਾਂ ਪਿੱਟਿਓ ਕਹਿੰਦੀਆਂ ਚੋਰ ਅੱਖਾਂ ਨਾਲ ਪਾਈ ਜੀਵਲ ਤੱਕਦੀਆਂ ਅੰਦਰ ਭੱਜੀਆਂ ਭੱਜੀਆਂ ਜਾਂਦੀਆਂ ਵੇਖੀਆਂ ਛੱੜ ਦੇ ਤੂੰ ਮੈਨੂੰ ਮੈਂ ਬੁਝਾਉਣਾ ਇਹਦੀ ਅੱਗ ਵੱਡਾ ਅਜੇ ਵੀ ਛੋਟੇ ਨੂੰ ਪਰੇ ਤੱਕ ਰਿਹਾ ਸੀ ਫਿਰ 19ਵੀਂ ਪਾਈ ਬੈਠੇ ਭਗੇਲ ਸਿੰਘ ਵੱਲ ਚੱਕਿਆ ਸਾਲੇ ਬੰਦੇ ਬਣਨ ਦੇ ਨਾ ਹੋਣ ਤਾਂ ਲੋਕਾਂ ਨੂੰ ਜਾਪਿਆ ਉਹ ਭਗੇਲ ਸਿੰਘ ਦੇ 5-7 ਜੜੂਗਾ ਜਾਂ ਭਗੇਲਾ ਸਿੰਘ ਉੱਠ ਕੇ ਵੱਡੇ ਦੇ ਗਲ ਪਊਗਾ ਪਰ ਸ਼ਰਾਬ ਦਾ ਰੱਜਿਆ ਭਗੇਲ ਸਿੰਘ ਹੂੰ ਹਾਂ ਦੇਖੂ ਆਹੋ ਤੋਂ ਬਿਨਾ ਕੁਝ ਵੀ ਕਹਿਣ ਕਰਨ ਚੋਗਾ ਨਹੀਂ ਸੀ ਇਹ ਸਾਰੇ ਲਾਣੇ ਦੇ ਬਿਰਦਮਾਈ ਨੂੰ ਤਰਤੀ ਵੇਲ ਨਹੀਂ ਸੀ ਦੇ ਰਹੀ ਵਾਹ ਲੋੜਾ ਵੇ ਤੁਹਾਡੀਆਂ ਅੱਗ ਲੱਗਣ ਸਰਦਾਰੀਆਂ ਕਹਿ ਕੇ ਉਹਨੇ ਪੁੱਤ ਵੱਲ ਖੁੰਡ ਕਢ ਲਿਆ ਸੀ ਚੋਰ ਦੀ ਮਾਂ ਕੋਠੀ ਚ ਮੋਹ ਵਾਲੀ ਗੱਲ ਸੀ ਥੋੜੀ ਦੇਰ ਮਗਰੋਂ ਲੋਕਾਂ ਨੇ ਗਿੱਦੜ ਕੁੱਟ ਤੇ ਭਗੇਲ ਸਿੰਘ ਦੀ ਘਰ ਵਾਲੀ ਦੀਆਂ ਚੀਕਾਂ ਸੁਣੀਆਂ ਗਈ ਰਾਤ ਤੀਕਰ ਲੋਕਾਂ ਦੇ ਹਾਸਿਆਂ ਦੀਆਂ ਸ਼ੁਰਲੀਆਂ ਪਿੰਡ ਦੀਆਂ ਛੱਤਾਂ ਤੋਂ ਉੱਲੂ ਸੁਣਦੇ ਰਹੇ ਤੇ ਪਿੰਡਾਂ ਦੀ ਫਿਜ਼ਾ 'ਚ ਖਿਲਾਰਦੇ ਰਹੇ ਅੱਜ ਦਾ ਦਿਨ ਲੋਕਾਂ ਨੇ ਖਿੱਚ ਕੇ ਚੜਾਇਆ ਜਿਵੇਂ ਰਾਤ ਕਿਹੜੇ ਚੰਦ ਚੜਾਈ ਫਿਰਦਾ ਸੀ ਗਵਾਂਢ ਕਿਸੇ ਨੇ ਤਾਂ ਮੂੰਹ ਵੀ ਨਹੀਂ ਧੋਤਾ ਰੱਬ ਦਾ ਨਾਮ ਵੀ ਨਹੀਂ ਲਿਆ ਕਈਆਂ ਨੂੰ ਓੰਜੀ ਆਦਤ ਹੁੰਦੀ ਹੈ ਜਿਨ੍ਹਾਂ ਚਿਰ ਉਹਨਾਂ ਨੂੰ ਅੰਦਰ ਹੌਲਾ ਕਰਨ ਦਾ ਮੌਕਾ ਨਾ ਮਿਲੇ ਅਫਰੀਮਾ ਹੋਣ ਵਰਗੀ ਨੌਬਤ ਆ ਜਾਂਦੀ ਹੈ ਓਏ ਆਪਾਂ ਕਿਹੜੇ ਚੰਦ ਚੜਾਉਣੇ ਆ ਰਾਤ ਤਾਂ 22 ਸਿਆਂ ਅਖਿਲ ਬਿਲੀਆਂ ਹੋ ਗਈਆਂ ਖਿਲਬਿਲੀਆਂ ਕੋਈ ਚੰਮਲ ਕੇ ਆਖਦਾ ਉਹ ਕਿਲਾ ਧਰ ਕੇ ਸੌਦਾ ਹੀ ਨਾ ਮਾਰ ਲੀਏ ਤੀਵੀ ਤਾਂ ਯਾਰ ਮੱਕੀ ਦੇ ਟੋਕਰ ਗਈ ਆ ਇਹ ਕਮਲੀ ਨੇ ਜੁੜੀ ਢਾਣੀ ਨੂੰ ਛੇੜਿਆ ਕਰਦੇ ਆ ਪਤਾ ਸੌਦਾ ਸਿੱਧਾ ਹੀ ਹੋ ਜੂ ਕਿ ਵਿੱਚ ਦਲਾਲ ਪਾਉਣਾ ਪਊ ਕੋਈ ਹੋਰ ਛੇੜਦਾ ਹੱਦ ਹੋ ਗਈ ਬਈ ਕਿਆ ਬਾਤ ਹੈ ਕਈਆਂ ਨੂੰ ਤਾਂ ਰਾਤ ਦੀ ਗੱਲ ਦਾ ਉੱਚਾ ਜਿਹਾ ਹੀ ਬਾੜਾ ਚੜਿਆ ਪਿਆ ਸੀ ਬਘੇਲ ਸਿਓਂ ਜ਼ਮੀਨਾਂ ਭਾਲਦਾ ਫਿਰਦਾ ਤੀਵੀ ਬੰਦੇ ਭਾਲਦੀ ਫਿਰਦੀ ਹੈ ਕਿਆ ਬਾਤ ਹੈ ਯਾਰਾ ਦੇਖਣ ਨੂੰ ਤਾਂ ਬੰਦਾ ਨਰ ਲੱਗਦਾ ਏ ਇਹ ਕਹਾਣੀ ਕੀ ਬਣ ਗਈ ਕੀ ਪਤਾ ਆਪਣੇ ਪਿੜਾਂ ਵਾਲੇ ਟਟੇ ਵਾਂਗੂ ਪੂਛ ਛੱਟ ਕੇ ਪਿੱਛੇ ਮੁੜਾਉਂਦਾ ਹੋਣਾ ਸਾਰੇ ਹੱਸ ਪਏ ਵੱਡਾ ਚੌਰਾ ਮੇਰਾ ਸਾਲਾ ਐਵੇਂ ਬਗਾਨੀ ਫੁਲਕਾਰੀ ਥਲੇ ਟਕਵਾ ਦੇਈ ਫਿਰ ਰਾਤ ਚਾਦਰਾਂ ਚੁੱਕੀ ਖੜਾ ਇਹ ਤਾਂ ਸਾਰਾ ਟੱਬਰੀ ਕੰਜਰਾਂ ਦਾ ਆਪਣੇ ਮਾਮੂਰੇ ਵੀ ਐਂ ਕਰਦੇ ਆ ਪੈਸਾ ਤਾਂ ਬਥੇਰੇ ਪਤਿਆਰਿਆਂ ਕੋਲ ਅੱਗ ਦੇ ਨੋਟ ਨਹੀਂ ਖਾਂਦੇ ਹੁਣ ਤੀਵੀਂ ਦੀ ਰੂਹ ਤਾਂ ਬੰਦਾ ਹੀ ਰਾਜੀ ਕਰਦਾ ਰਾਜਿਆਂ ਰਾਣਿਆਂ ਦੀਆਂ ਨੌਕਰਾਂ ਨਾਲ ਨਿਕਲ ਨਹੀਂ ਜਾਂਦੀਆਂ ਬੜਾ ਜੇਰਾ ਕਢਿਆ ਰਾਤ ਤਾਂ ਬਈ ਪੱਠੀ ਨੇ ਤਾਰ ਤੇ ਚਿੱਟੇ ਆਂਦੇ ਐ ਕਾਮ ਚ ਅੰਨੀ ਹੋ ਜਾਂਦੀ ਐ ਤੀਵੀ ਤੁਰਦੀ ਵੇਖੀ ਜਿਵੇਂ ਬੱਤਖ ਤੁਰਦੀ ਐ ਅਮਲੀਆ ਕਰ ਤਾਂ ਕੋਈ ਵਸੀਲਾ ਕੋਈ ਮੈਂ ਤਾਂ ਦਿਨੇ ਤਾਰੇ ਵਿਖਾ ਦੂੰ ਤੀਵੀ ਐਂ ਕੀ ਬੋਲ ਜੀ ਤੁਹਾਡੀ ਪਰਜਾਈ ਪਹਿਲੀ ਰਾਤ ਗੋਡਿਆਂ ਭਾਰ ਤੁਰ ਕੇ ਆਈ ਸੀ ਮੇਰੇ ਕੋਲ ਕਹਿੰਦੀ ਸੀ ਜੀ ਆ ਜਾ ਬਾਹਰ ਹੁੰਤਾ ਤੇ ਤੂੰ ਕਿੱਥੇ ਸੀ ਉਦੋਂ ਬਈ ਮੈਂ ਮੰਜੇ ਹੇਠਾਂ ਲੁਕਿਆ ਸੀ ਫੇਰ ਸਾਰੇ ਹੱਸ ਪਏ ਇੱਕ ਨੇ ਅਮਲੀ ਨੂੰ ਚੁੱਕ ਕੇ ਬਾਲਾ ਕੱਢਤਾ ਨਹੀਂ ਅਰੇ ਸੰਤਰਜੇਗਾ ਸਨ ਉਹਦੋਂ ਹੀ ਬਘੇਲ ਸਿੰਘ ਦੀ ਘਰ ਵਾਲੀ ਅੱਧਾ ਕੁ ਘੁੰਡ ਕਢੀ ਬਹੁਤ ਹੀ ਸਾਉਦ ਦਿੱਸਦੀ ਆਪਣੇ ਜਠਾਣੀ ਨਾਲ ਬਾਹਰ ਅੰਦਰ ਜਾਣ ਲਈ ਕੋਲੋਂ ਦੀ ਲੰਗੀ ਫਲਕ ਲਈ ਲੋਕਾਂ ਦੀਆਂ ਫੁੱਲ ਝੜੀਆਂ ਬੁਝੀਆਂ ਜਦੋਂ ਦੋਵੇਂ ਕੁਝ ਦੂਰ ਚਲੀਆਂ ਗਈਆਂ ਗਿਆ ਫੇਰ ਜਗ ਪਈਆਂ ਕੰਜਰ ਦੀ ਨੇ ਰਾਤ ਨਾਲੇ ਪਿੰਡ ਦਾ ਨੱਕ ਪੱੜਦਾ ਨਾਲੇ ਬਘੇਲ ਸੌਂਦਾ ਪਟੜੀ ਫੇਰ ਨਾ ਐ ਜੱਟ ਦਾ ਹਾਂ ਤਾਂ ਹੁਣ ਤਾਂ ਨੇਰੀ ਗਉ ਬਣੀ ਜਾਂਦੀ ਐ ਦੇਖ ਲੋ ਰਾਤ ਤੱਕ ਪੂਛ ਚੱਕੀ ਫਿਰਦੀ ਸੀ ਉਹ ਕਈ ਤੀਵੀਂ ਐ ਨੇਰੇ ਚ ਮੱਛਰ ਦੀਆਂ ਤੇ ਮੇਰੇ ਯਾਰ ਅਬ ਘੇਲਸੋਂ ਦੇ ਜਵੇਂ ਹੀ ਦਾਣੇ ਮੁੱਕੇ ਹੋਣਗੇ ਆਕਾਰ ਚ ਤਾਂ ਨਿਤ ਨਵੀਆਂ ਬਿਠਾਈ ਰੱਖਦਾ ਕੋਈ ਹੋਰ ਹੀ ਚੱਕਰ ਹੋ ਕੱਢੀਏ ਫੇਰ ਕੋਈ ਖਰਾ ਖੋਜ ਛੱਡੀਏ ਅਰਜਨ ਬਾਣ ਤੇ ਅਰਜਨ ਬਾਣ ਛੱਡਣ ਲਈ ਲੋਕ 40 ਪਤਨ ਤਰ ਜਾਂਦੇ ਹੈ ਸਵੇਰ ਤੋਂ ਪਿੰਡ ਦਾ ਸਮੁੰਦਰ ਰੜਕਿਆ ਜਾਣ ਲੱਗਾ ਇਹਨਾਂ ਚ ਕੁਝ ਦੇਵਤੇ ਵੀ ਸਨ ਰਾਖਸ਼ ਵੀ ਸਨ ਅਮਰਦੀਆਂ ਛੱਟਾਂ ਵੀ ਲੋਕਾਂ ਦੇ ਮੂੰਹ ਤੇ ਪਈਆਂ ਤੇ ਜ਼ਹਿਰ ਵੀ ਪਿੰਡ ਦੀਆਂ ਗਲੀਆਂ ਚ ਵਗਿਆ ਇਹ ਸਾਰਾ ਕੁਝ ਹੁੰਝ ਕੇ ਲੋਕ ਪਿੰਡ ਦੇ ਚੌਰਾਹਿਆਂ ਵਿੱਚ ਸੱਥਾਂ ਵਿੱਚ ਖੂਹਾਂ ਤੇ ਟੋਪੀਆਂ ਤੇ ਪੱਟੀਆਂ ਤੇ ਲੈ ਗਏ ਤੇ ਜਿਹਦੇ ਹਿੱਸੇ ਜੋ ਕੁਝ ਆਇਆ ਇੱਕ ਦੂਸਰੇ ਨੂੰ ਵਖਾਉਣ ਲੱਗੇ ਸੱਥ ਵਿੱਚ ਬੜੇ ਟੋਹਰਾ ਬਈ ਸਰਦਾਰ ਬਗੇਲ ਸਾਂਦੀ ਇਹੋ ਜਿਹੇ ਪੁੱਤ ਘਰ ਘਰ ਜੰਮਣੇ ਕਿਤੇ ਇਹ ਢਾਂਕਾਰ ਡੱਬ ਚ ਅੰਗਰੇਜ਼ੀ ਦੀ ਬੋਤਲ 22 ਜਾਂ ਜਿੰਨੇ ਦਿਨ ਜਟ ਪਿੰਡ ਰਹਿੰਦਾ ਹਰ ਰੋਜ਼ ਨਾਲ ਨਵੀਂ ਦੀ ਵੀ ਪਤਾ ਨਹੀਂ ਪਟੂ ਕਿਵੇਂ ਪਟਾਉਂਦਾ ਲੈ ਮੈਂ ਤੋਂ ਆਪਣੇ ਗੋਹਾ ਕੁੜਾ ਕਰਨ ਵਾਲੀ ਨਾਲ 3 ਸਾਲ ਗੱਲ ਨਹੀਂ ਹੋਈ ਇਹ ਕੰਜਰ ਗੇੜਾ ਨਹੀਂ ਖਾਂਦਾ ਪਤਾ ਲੱਗ ਜਈ ਸਹੀ ਇੱਕ ਵਾਰੀ ਮੈਨੂੰ ਸ਼ਹਿਰ ਮਿਲ ਪਿਆ ਆਂਦਾ ਗੱਡੀ 'ਚ ਬੈਠ ਮੈਂ ਆਉਣਾ ਹੀ ਸੀ ਪਿੰਡ ਨੂੰ ਵਹਿ ਗਿਆ ਮੰਨੋ ਮੱਲੀ ਪਿਆਵੇ ਧਰਮ ਨਾਲ ਬੋਤਲ ਮੂੰਹ 'ਚ ਤੁੰਨ ਨੂੰ ਆਵੇ ਮੈਂ ਬਥੇਰਾ ਨੌਨ ਨੁੱਕਰ ਕੀਤੀ ਪਰ ਕਾਨੂੰ ਮੰਨਦਾ ਜੱਟ ਸ਼ਰਾਬੀ ਹੋਇਆ ਮੈਂ ਡਰਾਂ ਨਾਲ ਕੋਈ ਉਪਰੀਤੀ ਨਹੀਂ ਬੈਠੀ ਸੀ ਮੈਂ ਸੋਚਿਆ ਦੂਰੂ ਨੇੜੇ ਹੋ ਕੋਈ ਤੇ ਮੈਨੂੰ ਕਹਿੰਦਾ ਫੇਰ ਲਾ ਹੱਥ ਉੱਤ ਫੇਰਨਾ ਤਾਂ ਤਾਂ ਗੁਰਦੁਆਰੇ ਅੰਨੀ ਹੱਥ ਕਰਕੇ ਆਣਾ ਹੈ ਆਪਾਂ ਨੂੰ ਤਾਂ ਮੁੜਕਾ ਆ ਗਿਆ ਨਾ ਉਤਰਨ ਜੋਗਾ ਨਾ ਬਹਿਣ ਜੋਗਾ ਮੈਨੂੰ ਤਾਂ ਜਨਾਨੀ ਦੀ ਟੌਰ ਤੋਂ ਹੀ ਝੇ ਪਾਈ ਜਾਵੇ ਅਤਰ ਫਲੇਲ ਜੀ ਮਹਿਕੇ ਗੱਡੀ ਆ ਨਾ ਜ਼ਿੰਦਗੀ ਆਪ ਤਾਂ ਐਵੇਂ ਪੱਟ ਝੂਕਦੇ ਆਂ ਸ਼ਾਨ ਐ ਜੱਟ ਦੀ ਕੋਈ ਕੰਜਰ ਦੀ ਦੁਵਾਨੀ ਦੀ ਤੀਵੀ ਨੇ ਬੰਦਾ ਮਿੱਟੀ ਦਾ ਬਣਾਤਾ ਆਂਦੀ ਮੈਂ ਬੁਕਾਉਂ ਆ ਤੇਰੇ ਵਰਗੀਆਂ ਦਾ 36 ਜਨਾਨੀਆਂ ਖਰੀਦ ਲਿਆ ਥਣ ਨੂੰ ਇਹ ਜੀਆਂ ਨੂੰ ਤਾਂ ਉੱਥੇ ਵੱਡੇ ਜਿੱਥੇ ਪਾਣੀ ਨਾ ਮਿਲੇ ਗੱਲ ਕਰਨ ਵਾਲਾ ਕਾਫੀ ਗੁੱਸੇ ਦੇ ਰੌਂਤ ਸੀ ਖੂ ਤੇ ਅੜੀਏ ਲੋੜਾ ਨੇ 15 ਸਾਲ ਹੋ ਰਹੇ ਵਿਆਹੀ ਨੂੰ ਇੱਕ ਦਿਨ ਵੀ ਸ਼ੌਕ ਨਾਲ ਕਦੇ ਨਾਲ ਤੋੜਿਆ ਹੋਵੇ ਵਿਚਾਰੇ ਉਦੋਂ ਕੁਇਜਾ ਪੂਰਾ ਕੀਤਾ ਹੋਏ ਪੂਰੀਆਂ ਦਸ ਮਾਤਾਂ ਪਾਸ ਹੈ ਸਚੈਰੀ ਇੰਨੀ ਚਾਦਰਾਂ ਚ ਪਾਏ ਚਿੜੀਆਂ ਮੋਰ ਬੋਲਣ ਲੱਗ ਪੈਂਦੇ ਆ ਤੇ ਆਪ ਲੋਲਾ ਜਿਹਾ ਊੜਾ ਪਾਉਣ ਨਹੀਂ ਜਾਣਦਾ ਬੋਲਣ ਲੱਗੇ ਦੇ ਲਾਲਾ ਮੂੰਹ ਛੋ ਟਿਕਦੀਆਂ ਮਾਮ ਪਿਓ ਵੀ ਜਾਇਦਾਤ ਵੇਂਦੇ ਆ ਬੰਦਾ ਕ ਬੰਦਾ ਨਹੀਂ ਵੇਂਦੇ ਕੂੰ ਜਰਗੀ ਕੁੜੀ ਡੋਬ ਕੇ ਰੱਖਤੀ ਛੱਟ ਲੈਣ ਹੁਣ ਟਰੱਕਾਂ ਗੱਡੀਆਂ ਨੂੰ ਨਹੀਂ ਥਾਂ ਥਾਂ ਖੇ ਖਾਂਦਾ ਫਿਰਦਾ ਇੱਕ ਦਿਨ ਆ ਗਈ ਭੈਣੇ ਮੇਰੇ ਕੋਲ ਬੁੱਕ ਬੁੱਕ ਰੋਵੇ ਮੇਰਾ ਤਾਂ ਆਪਜੀ ਥੋੜਾ ਹੋ ਗਿਆ ਆਂਦੀ ਤੇਰੇ ਕੋਲ ਦੁੱਖ ਰੋਂਣ ਲਈ ਆਈ ਆ ਮੇਰੀ ਇੱਕ ਨਹੀਂ ਸੁਣਦਾ ਮੈਂ ਬਥੇਰਾ ਆਨੀ ਆ ਕਿਤੇ ਇਲਾਜ ਕਰਾ ਲਾ ਮੈਂ ਆਪ ਵੱਡੇ ਹਸਪਤਾਲ ਵਿਖਾਇਆ ਸੀ ਮੇਰੇ 'ਚ ਤਾਂ ਕੋਈ ਨੁਕਸ ਨਹੀਂ ਕਹਿੰਦਾ ਦੂਜਾ ਵਿਆਹ ਕਰਾਉਣਾ ਮੈਂ ਆਖਿਆ ਉਹ ਕਿਹੜਾ ਤੈਨੂੰ ਲਾਲ ਜਮਦੂ ਫਿਰ ਕੁੱਟਣ ਲੱਗ ਪੈਂਦਾ ਹੋਰ ਤੀਵੀਆਂ ਨਾਲ ਲਈ ਫਿਰੂ ਮੈਨੂੰ ਮਚਾਉਣ ਨੂੰ ਮੈਂ ਤਾਂ ਤਾਂ ਸੜਾਂ ਜੇ ਮੇਰੀ ਹੱਕ ਠਾਰਦਾ ਹੋਵੇ denn ਰਾਤ ਪੈਸੇ ਪਿੱਛੇ ਭੱਜਿਆ ਫਿਰੂ ਐਵੇਂ ਲੋਕਾਂ ਨਾਲ ਲੜਦਾ ਫਿਰੂ ਜੀਓ ਜੀ ਨਾਲ ਦੁਸ਼ਮਣੀ ਬੰਦਾ ਸੋਚੇ ਕਿਹਦੇ ਵਾਸਤੇ ਲੜਦਾ ਕੋਈ ਅੱਗਾ ਨਹੀਂ ਪਿੱਛਾ ਨਹੀਂ ਹੂੰ ਸੋਕੇ ਅੰਬਰੀ ਤੈਨੂੰ ਕਿੱਥੋਂ ਜੋੜੇ ਜੰਮ ਦੇਵੇ ਅਗਲੀ ਢੱਡਲ ਜਾਣਾ ਹੋਵੇ ਤਾਂ ਇੱਕ ਹੋਰ ਨੇ ਨੱਕ ਚੜਾਇਆ ਪੁੱਛ ਨਾ ਭੈਣੇ ਬੜਾ ਹੀ ਰੋਵੇ ਮਸਾਂ ਚੁੱਪ ਕਰਾਈ ਦੁਖੀ ਹੋਏ ਹੋਏ ਵਿਚਾਰੀ ਕੋਠੇ ਤੇ ਚੜਕੇ ਪਿੱਟੇ ਤਾਂ ਪਿੱਟੇ ਨਾ ਤਾਂ ਕੀ ਕਰੇ ਸੱਚੀ ਸਾਰੀਆਂ ਉਹਦੇ ਸੰਤਾਪ ਨੂੰ ਭੋਗ ਰਹੀਆਂ ਸੀ ਜਿਵੇਂ ਅੜੀਓ ਇੱਕ ਗੱਲ ਆਖਾਂ ਕੋਈ ਜਾਵਡਾ ਸੁਣਦਾ ਹੀ ਨਾ ਹੋਵੇ ਕੈਨ ਵਾਲੀ ਅੱਗੇ ਪਿੱਛੇ ਝਾਕੀ ਪਿੰਡ ਵੱਲੋਂ ਆਉਂਦੇ ਰਾਹ ਨੂੰ ਤਾੜਿਆ ਫਿਰ ਉਹਨਾਂ ਦੇ ਨੇੜੇ ਹੋ ਕੇ ਭੁੱਲੀ ਲੁਧਿਆਣੇੋਂ ਵਧੀਆ ਬੀ ਲਿਆਉਂਦੀ ਐ ਆਪਣੇ ਬੰਦੇ ਝਾੜ ਵੀ ਦੋਣਾ ਹੁੰਦਾ ਆਪਾਂ ਵੀ ਤਾਂ ਜ਼ਮੀਨਾਂ ਅਰਗੀਆਂ ਹੀ ਐ ਵਧੀਆ ਬੀ ਪਰਖਣ ਦਾ ਕੋਈ ਹਰਜਾ ਜਾਂ ਕੁੱਤੀ ਨਾ ਹੋਵੇ ਇੱਕ ਨੇ ਉੱਪਰੋਂ ਉੱਪਰੋਂ ਦੇ ਧੱਫਾ ਮਾਰਿਆ ਪਰ ਅੰਦਰੋਂ ਖੇੜ ਗਈ ਪਰ ਇੱਕ ਗੱਲ ਤਾਂ ਸੱਚੀ ਆੜਿਓ ਜੇ ਬੰਦਾ ਜ਼ਮੀਨ 'ਚ ਹੱਲ ਜੋੜੂ ਬਾਹੂ ਵੀ ਜੂ ਤਾਂ ਹੀ ਭੈਣੇ ਕੋ ਸ਼ਗੁਨ ਘਰੇ ਬੈਠਿਆਂ ਤੋਂ ਖੇਤ ਤਾਂ ਨਹੀਂ ਹਗਦੂ ਪਿੰਡ ਵਾਲੇ ਵੱਲੋਂ ਕੁਝ ਆਦਮੀ ਆਉਂਦੇ ਹੋਣ ਕਰਕੇ ਉਹ ਸਾਰਿਆਂ ਚੁੱਪ ਕਰ ਗਏ ਹੌਲੀ ਹੌਲੀ ਖਿੰਡ ਗਏ ਤੇ ਪਿੰਡ ਵਿਚਲੇ ਚੌਰਾਹੇ ਤੇ ਗੁਰਦੁਆਰੇ ਦੇ ਬਾਹਰ ਤਖਤ ਪੋਚ ਤੇ ਬੈਠੇ ਲੋਕਾਂ ਚੋਂ ਬਿਸ਼ਨਾ ਟੁੰਡਾ ਬੋਲਿਆ ਭਈ ਆ ਜਿਹੜੀ ਐਤਕੀ ਟਰੱਕ ਲਿਆ ਹੈ ਨਾ ਬਘੇਲ ਸਿਓ ਇਹਨੂੰ ਲੈ ਕੇ 16 ਗੱਡੀਆਂ ਹੋ ਗਈਆਂ ਜੱਟ ਕੋਲੇ ਜੇ ਕਤਾਰ ਚ ਖੜੀਆਂ ਕਰ ਦਈਏ ਤੇ ਰੇਲ ਗੱਡੀ ਬਣ ਜੇ ਬੜੀ ਕਿਰਪਾ ਹੈ ਬਈ ਮਾਲਕ ਦੀ ਲੱਕ ਨਾਲ ਪਿਸਤੌਲ ਚੱਤੇ ਪੈਰ ਟੰਗਿਆ ਰਹਿੰਦਾ ਜਿਹਨੂੰ ਇੱਕ ਦਿਨਾ ਉਹਨੂੰ ਦੱਸ ਦਿੰਦਾ ਜਿਹਨੂੰ ਦੱਸ ਦੇਣੇ ਆ ਉਹਨੂੰ ਸੌ ਫੜਾਉਂਦਾ 15-20 ਦਿਨ ਹੋ ਗਏ ਨਵੇਂ ਟਰੱਕ ਦੀ ਖੁਸ਼ੀ 'ਚ ਪਾਲਟੀ ਕੀਤੀ ਉਹਨੇ ਹੋਰ ਹੀ ਗਲਾਸ ਜੇ ਕੋਲੀਆਂ ਜੀਆਂ ਕਜੂਆਂ ਨਾਲ ਪਿੰਦਾ ਖਬਨੀ ਜੱਟ ਉਦੋਂ ਹੀ ਭਰਾਓ ਉਹਦਾ ਟਰੱਕ ਆਇਆ ਇੱਕ ਨੇਪਾਲ ਵੱਲੋਂ ਆਇਆ ਸੀ ਡਰਾਈਵਰ ਨੇ ਥੱੱਬਾ ਨੋਟਾਂ ਦਾ ਲਿਆ ਕੇ ਢੇਰੀ ਕਰਤਾ ਜੱਟ ਪੱਬਾਂ ਤੇ ਨੱਚੇ ਗਾਂਜੇ ਦਾ ਢੇੜਾ ਲਾਇਆ ਹੋਊ ਹੋ ਡਰਾਈਵਰ ਦਾਤੀ ਨਾਲ ਵੱਢ ਲਿਆ ਪੁੱਠੇ ਜੇ ਪੁੱਠੇ ਸਿੱਧੇ ਕਮਾਣ ਚ ਪੈਸੇ ਬਣਦੀ ਐ ਆਪਣੇ ਕਰਤਾਰ ਲੰਮੀ ਨੇ ਟਰੱਕ ਲਿਆਈ ਸੀ ਦੋ ਕਿੱਲੇ ਗਹਿਣੇ ਧਰ ਕੇ 6 ਮਹੀਨਿਆਂ ਚ ਫੇਲ ਹੋ ਗਿਆ ਪਤਾ ਨਾ ਗੱਡੀ ਵੀ ਗਈ ਜ਼ਮੀਨ ਵੀ ਗਈ ਕਲਯੁਗ ਚ ਬੇਈਮਾਨੀਆਂ ਹੀ ਫਲਦੀਆਂ ਸ਼ਰੀ ਬੰਦੇ ਨੂੰ ਤਾਂ ਘੋਗੜੀ ਦੱਸਦੇ ਨਾ ਮੈਂ ਹੋਰ ਆ ਨਾ ਜਦੋਂ ਘਰ ਚ ਤਫਾਕ ਹੀ ਨਹੀਂ ਭਰਾਵਾਂ ਨਾਲ ਨਹੀਂ ਬਣਦੀ ਧੀਵੀ ਨਾਲ ਨਹੀਂ ਬਣਦੀ ਆ ਲੋਟਾਂ ਨੂੰ ਦੱਸੋ ਕੀ ਅੱਗ ਲਾਉਣੀ ਐ ਇੱਕ ਨੇ ਉਲਟਾ ਤਵਾ ਲਾਤਾ ਬੰਦੇ ਨੇ ਤਾਂ ਖਾਣੀਆਂ ਦੋ ਰੋਟੀਆਂ ਉਹ ਹੱਕ ਸੱਚ ਦੀਆਂ ਖਾਵੇ ਤਾਂ ਚੰਗਾ ਇੱਕ ਦਿਨ ਮੈਂ ਘਰੇ ਗਿਆ ਬਘੇਲ ਸੇ ਰੋਟੀ ਖਾਈ ਜਾਵੇ ਮੈਂ ਹੈਰਾਨ ਹੋ ਕੇ ਪੁੱਛਿਆ ਸਰਦਾਰ ਸਾਹਿਬ ਤੂੰ ਵੀ ਰੋਟੀ ਖਾਈ ਜਾਂਦਾ ਇਹ ਤਾਂ ਸਾਡੇ ਘਰ ਵੀ ਪੱਕਦੀ ਹੈ ਮੈਂ ਸੋਚਿਆ ਸੀ ਤੂੰ ਨੋਟ ਖਾਂਦਾ ਹੋਏਗਾ ਸੋਨੇ ਦੇ ਬਿਸਕਟ ਚੱਪਦਾ ਹੋਏਗਾ ਉਹ ਗੋਹੀ ਹੀ ਹੀ ਕਰਕੇ ਹੱਸ ਪਿਆ ਆਂਦਾ ਤੁਹਾਨੂੰ ਗੱਲਾਂ ਹੁੰਦੀਆਂ ਮੈਂ ਫਿਰ ਨੱਕ ਤੇ ਮਾਰੀ ਆਖਿਆ ਨੰਗਾ ਕੋਲੇ ਗੱਲਾਂ ਹੀ ਹੁੰਦੀਆਂ ਲੈ ਅਬਿਸ਼ਨਾਖੂਗਾ ਗੱਲਾਂ ਕਰਦਾ ਘਰ ਦੇ ਤਫਾਕ ਦੀ ਵੀ ਸੁਣ ਲਓ ਜੇ ਵੱਡੇ ਦਾ ਮੂੰਹ ਚੜ੍ਹਦੇ ਵੱਲ ਹੋਊ ਛੋਟਾ ਛਿਪਦੇ ਵੱਲ ਤੁਰਪੂ ਬਗੇਲਾ ਪੈਣੀ ਚ ਹਿਸਾਬ ਹਾਲਦਾ ਬਈ ਮੈਂ ਬਣਾ ਕੇ ਦਿੱਤੀ ਐ ਪਿਛਲੇ ਸਾਲ ਹੀ ਇਕੱਠੇ 20 ਕਿੱਲਿਆਂ ਦਾ ਸੌਦਾ ਕੀਤਾ ਵੱਡਾ ਕਹਿੰਦਾ ਹਿੱਸਾ ਕਾਦਾ ਮੈਂ ਵਾਹੀ ਕਰਦਾ ਮੈਂ ਕਿਹੜਾ ਗੱਡੀਆਂ ਚ ਕਮਾਈ ਲੈਣਾ ਤੇ ਛੋਟੇ ਦੋ ਡਰਾਈਵਰੀ ਕਰਦੇ ਸੀ ਛੱਡ ਕੇ ਘਰੇ ਬੈਠੇ ਆਂਦੇ ਸਾਨੂੰ ਬਰਾਬਰ ਦਾ ਹਿੱਸਾ ਨਹੀਂ ਦਿੰਦਾ ਨਰਖਤਾ ਸੀ ਗਿਣਦੇ ਆਂ ਇਹ ਘਰੇ ਬੈਠਾ ਹੀ ਮਾਲਕ ਬਣਿਆ ਫਿਰਦਾ ਐਹੋ ਜਿਹੀਆਂ ਕਮਾਈਆਂ ਨੂੰ 파ਹੀ ਦੇਣਾ ਇੱਕ ਬਿਰਧ ਬੋਲਿਆ ਰੱਬ ਵੀ ਤਾਂ ਉੱਥੇ ਹੀ ਰੱਖਦਾ ਓਦੇ ਕੋਲ ਹੈਗਾ ਨਿصاف ਦੇਖ ਲੈ ਜੁਆਗ ਦੇ ਮੂਹ ਨੂੰ ਤਰਸਦੇ ਆ ਉਈ ਕਮਲਿਓ ਬਈ ਔਰ ਤਤਾਰਤੀ ਅਰਗੀ ਹੁੰਦੀ ਐ ਖਾਲੀ ਰੱਖੋਗੇ ਤਾਂ ਐਦੂ ਵੱਡਾ ਗੁਨਾਹ ਹੋਰ ਕੀ ਹੋਊਗਾ ਇਹ ਵੀ ਸਜ਼ਾ ਹੀ ਐ ਉਤਲੇ ਦੀ ਬੰਦਾ ਆਪਣੇ ਕੋਲ ਜਿਉਂਦੀ ਰੱਖਣ ਦਾ ਤਾਂ ਕੋਈ ਉਪਰਾਲਾ ਕਰੇ ਇਹ ਮਾਇਆ ਤਾਂ ਖੇਲ ਐ ਆਉਣੀ ਜਾਣੀ ਐ ਬੰਦੇ ਦਾ ਕੋਈ ਭਰੋਸਾ ਐ ਕੱਚ ਦੇ ਭਾਂਡੇ ਦੀ ਵੀ ਮਨਿਆਦ ਹੋ ਪਰ ਬੰਦਾ ਹੁਣੇ ਸੀ ਹੁਣੇ ਹੈ ਨਹੀਂ ਤੇ ਜਦੋਂ ਸਾਹਣ ਵਾਲਾ ਹੀ ਕੋਈ ਨਾ ਹੋਇਆ ਚੱਕੀ ਫਿਰੇ ਗਡੌੜ ਗਡੌੜ ਨੂੰ ਆ ਜਿਹੜੇ ਤੀਵੀਂ ਸਾਹਣਗੇ ਉਹ ਗੱਡੀਆਂ ਵੀ ਸਾਹਮ ਲੈਣਗੇ ਤੇ ਫਿਰ ਜਿਆ ਪੁੱਠਾ ਤਵਾ ਲੱਗਿਆ ਬਿਸ਼ਨਾ ਟੁੰਡ ਉੱਟ ਕੇ ਹੌਲੀ ਦੇਣੇ ਖਿਸਕ ਗਿਆ ਸਵੇਰ ਤੋਂ ਪੇਨ ਲੱਗਦਾ ਸਾਰਾ ਦਿਨ ਚੱਲ ਲਸੋ ਚੱਲ ਚੌਥੇਕ ਦਿਨ ਲੈ ਜਾਣਗੇ ਗੱਡੀ 'ਚ ਪਾ ਕੇ ਹੈ ਨਹੀਂ ਮਰ ਗਿਆ ਬਸ ਘੜੀ ਪਾਲੀ ਐ ਪਤਾ ਨਹੀਂ ਕੰਜਰ ਦੇ ਅੰਦਰ ਕੀ ਫਿੱਟ ਕੀਤਾ ਦੋ ਤਿੰਨ ਦਿਨਾਂ 'ਚ ਠੀਕ ਹੋ ਕੇ ਆਜੂ ਦੋ ਕੁ ਦਿਨ ਕੰਨ ਫੜੂ ਹੁਣ ਨਹੀਂ ਪੀਣੀ ਮਸਾਂ ਬਚਿਆਂ ਬਸ ਫੇਰ ਉਹੀ ਹਾਲ 10 ਕੁ ਦਿਨ ਭਿਉ ਫੇਰ ਕਹਿਣਗੇ ਹੈ ਨਹੀਂ ਗਿਆ ਹਸਪਤਾਲ ਐਨਾ ਪੈਸਾ ਕਿਤੇ ਖਰਚ ਵੀ ਤਾਂ ਕਰਨਾ ਡਾਕਟਰ ਵੀ ਤਾਂ ਇਹੋ ਜਿਹਿਆਂ ਦੇ ਆਸਰੇ ਤੇ ਹੀ ਬੈਠਿਆ ਕੁਸ਼ਤੀਵੀਆਂ ਨੂੰ ਕੁਛ दारू ਚ ਤੇ ਜਦੋਂ ਪਿਛਲੇ ਸਾਲ ਆਇਆ ਸੀ ਪਿੰਡ ਇਹਨੂੰ ਹਸਪਤਾਲ ਲੈ ਕੇ ਚੁੱਕੇ ਅੱਖਾਂ ਖੜੀਆਂ ਜੁਬਾਨ ਬਾਹਰ ਨਿਕਲੀ ਕੰਬੀ ਜਾਵੇ ਮੈਂ ਦੂਜੇ ਦਿਨ ਖਬਰ ਲੈਣ ਗਿਆ ਮੂੰਹ ਮੱਥੇ ਲੱਗਦਾ ਪਿੰਡ ਦਾ ਮਾਮਲਾ ਹਸਪਤਾਲ ਚ ਦੀ ਘਰ ਵਾਲੀ ਵੀ ਸੀ ਇਹਦੀ ਸੱਸ ਵੀ ਖਬਰ ਲੈਣ ਆਈ ਸਾਰਾ ਲਾਣਾ ਉੱਥੇ ਲੈ ਧਰਮ ਨਾਲ ਜਿਹੜਾ ਕੁਛ ਉੱਥੇ ਵੇਖਿਆ ਬੰਦਾ ਹੋਵੇ ਸ਼ਰਮ ਨਾਲ ਹੀ ਮਰ ਜਾਏ ਡਾਕਟਰ ਤਾਂ ਲੱਗੇ ਹੋਏ ਉਹਨੂੰ ਹੋਸਟ ਲੈ ਆਉਣ ਇਦੀ ਸੱਸ ਕਹਿੰਦੀ ਆਪਣੀ ਧੀ ਨੂੰ ਨਹੀਂ ਤੂੰ ਚਿੱਟੀ ਚੁੰਨੀ ਲੈ ਲਾ ਫੇਰ ਵੀ ਲਏਗੀ ਇਹ ਤਾਂ ਹੈ ਨਹੀਂ ਤੂੰ ਤਾਂ ਪਿਛਲੇ 15 ਸਾਲਾਂ ਦੀ ਰੰਡੀ ਐ ਨਹੀਂ ਮੇਰੀ ਏ ਧੀਏ ਤੈਨੂੰ ਫੇਰ ਵੀ ਹੋਰ ਦੁਆਰਾ ਦੇਖਣਾ ਪੈਣਾ ਜੇ ਤੈਨੂੰ ਯਮਰਾਜ ਗੰਧ ਤੇ ਬੈਠਾ ਦੇਸ ਜੀ ਮੈਂ ਲਾ ਕੇ ਇਹਦੇ ਸਹਰਾਣੇ ਬਿਠਾ ਦਿਆਂ ਕਿਹੜੀ ਚੰਦਰੀ ਘੜੀ ਤੇਰੇ ਨਾਲ ਧੀ ਦਾ ਸੰਜੋਗ ਜੁੜ ਗਿਆ ਵੇਕ ਲੈਣਿਆ ਇਹ ਤਾਂ ਉਹ ਤਾਂ ਪਿੱਟਣ ਲੱਗ ਪਈ ਵੈਣ ਪਾਉਣ ਲੱਗ ਪਈ ਹਸਪਤਾਲ ਚ ਆਏ ਸਾਰੇ ਲੋਕ ਉਹਦੇ ਦਿਵਾਲੇ ਜੁੜ ਗਏ ਡਾਕਟਰ ਨੇ ਹੱਥ ਬੰਨ ਕੇ ਉਹਨੂੰ ਬਾਹਰ ਕੱਢਿਆ ਇਹ ਤਾਂ ਇਹਨਾਂ ਕੁੜੀ ਦੇਣਿਆਂ ਦੀ ਰਿਸ਼ਤੇਦਾਰੀ ਹੈ ਤੇ ਇੱਕ ਦੂਜੇ ਨਾਲ ਹਮਦਰਦੀ ਹੈ ਪਰਲੇ ਮੋੜ ਤੋਂ ਭਗੇਲ ਸਿੰਘ ਆਉਂਦਾ ਦਿਸਿਆ ਤਾਂ ਸਭ ਨੇ ਇਸ਼ਾਰੇ-ਸ਼ਾਰੀਕ ਦੂਜੇ ਨੂੰ ਸਮਝਾਇਆ ਜੱਟ ਦਾ ਰੂਪ ਦੇਖਣ ਵਾਲਾ ਸੀ ਕੱਲੀਆਂ ਵਾਲਾ ਕੁੜਤਾ ਗਲੀ ਦੇ ਕੱਖੋਂਜ ਦਾ ਧੂਮਾਂ ਚਾਦਰਾ ਤਿੱਲੇਦਾਰ ਜੁੱਤੀ ਕੱਢਵੀ ਕੰਨ ਤੇ ਛੱਡਿਆ ਤਰਬੂਜੀਆ ਪੱਗ ਦਾ ਲੜ ਜਿਵੇਂ ਕਬੂਤਰ ਨੇ ਪਿਛਲਾ ਪੁੰਝਾ ਖਿਲਾਰ ਲਿਆ ਹੋਵੇ ਸ਼ਰਾਬੀ ਅੱਖਾਂ ਤੇ ਇੱਕ ਖਾਤਮ ਉੱਚਾਂ ਤੇ ਲੋਕਾਂ ਨੇ ਦੇਖਿਆ ਟੈਡੀ ਜੀ ਅੱਖ ਨਾਲ ਜੁੜੇ ਕੱਠ ਨੂੰ ਹੱਥ ਖੜਾ ਕਰਕੇ ਫਤਿਹ ਬੁਲਾ ਗਿਆ। ਉਹਨਾਂ 'ਚ ਖੜਨ ਦੀ ਹਿੰਮਤ ਉਹਦੀ ਨਾ ਪਈ। ਪਤਾ ਨਹੀਂ ਕਿਸੇ ਨੇ ਕੀ ਕਿਹਾ ਸਾਰੇ ਤਾੜੀ ਮਾਰ ਕੇ ਹੱਸ ਪਏ। ਬਘੇਲ ਸਿੰਘ ਪੈਰ ਮਲ ਗਿਆ ਜਿਵੇਂ ਹਤਕ ਮਹਿਸੂਸ ਕੀਤੀ ਹੋਵੇ। ਮੜੂਗਾ ਬਈ ਜੱਟ ਕੋਈ ਬੋਲਿਆ। ਬਘੇਲ ਸਿੰਘ ਨੇ ਝੁੱਕ ਕੇ ਗਿੱਟਾ ਖੁਰਕਿਆ ਜੁੱਤੀ ਝਾੜੀ ਫੇਰ ਤੁਰ ਗਿਆ। ਜੇਰਾ ਕੀ ਦਾ ਲਿਆਉ ਇੱਕ ਜਣੇ 'ਚ ਹੀ ਜੇਰਾ ਬਹੁਤ ਹੈ। ਇਹਦੇ 'ਚ ਨਾ ਹੋਇਆ ਤੀਵੇਂ 'ਚ ਹੋਇਆ ਫਿਰ ਸਾਰੇ ਹੱਸ ਪਏ। ਕਰਾਂ ਬੌਰੀਆਂ ਦੇ ਘਰਾਂ ਨੂੰ ਮੁੜ ਗਿਆ ਉਧਰ ਤਾਂ ਕੋਈ ਜ਼ਮੀਨ ਵੇਚਣ ਵਾਲਾ ਹੈ ਨਹੀਂ ਘਰਾਵਾਲੀ ਵਾਸਤੇ ਗਾਗ ਭਾਲਣ ਜਾਂਦਾ ਹੋ ਸਾਰੇ ਟਾੜੀ ਮਾਰ ਕੇ ਫੇਰ ਹੱਸ ਪਏ ਕੋਈ ਪਤੰਦਰ ਪਾਠ ਬੜਾ ਕਰਾਉਂਦਾ ਜਦੋਂ ਪਿੰਡ ਆਉ ਭਾਈ ਦੇ ਦੁਆਲੇ ਹੀ ਹੋਇਆ ਰੋ ਵੀ ਭਾਈ ਵੀ ਫੇਰੇ ਦੇਣਾ ਘੰਟਾ ਘੰਟਾ ਅਰਦਾਸ ਕਰੀ ਜਾਉ ਬਘੇਲ ਸਿੰਘ ਦੀ ਬੇਲ ਵਦੇ ਗੁਰੂ ਘਰ ਦੇ ਪ੍ਰੇਮੀ ਨਿਤਨੇਮੀ ਫੇਰ ਕਹੋ ਅੱਜ ਤੋਂ ਇਹਨਾਂ ਨੇ ਸ਼ਰਾਬ ਛੱਡ ਦਿੱਤੀ ਸੱਚੇ ਪਾਤਸ਼ਾਹ ਸਿਰ ਤੇ ਮੇਰ ਭਰੇ ਹੱਥ ਰੱਖੀਂ ਜੇ ਕਾਰੇ ਛੱਡੂ ਪੰਜਾਹ ਵਾਰੀ ਇਹਨੇ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਛੱਡੀ ਹੋ ਦੋ ਕੁ ਦਿਨ ਔਖਾ ਸੌਖਾ ਕੱਟੂ ਫੇਰ ਪਤਾ ਨਹੀਂ ਸੱਚੇ ਪਾਤਸ਼ਾਹ ਇਹਨੂੰ ਆਪ ਬੋਤਲ ਪੜਾ ਜਾਂਦਾ ਤੁਰੇ ਜਾਂਦੇ ਤਾਂ ਤਾਂ ਪੂਰਾ ਰੋ ਬੈ ਜੱਟ ਦਾ ਜਿਹੜਾ ਨਹੀਂ ਜਾਣਦਾ ਸੋਚਦਾ ਹੋ ਧਰਤੀ ਨੀਵੀਂ ਕਰੀ ਜਾਂਦਾ ਆ ਕਿੱਲੇ ਤੇ ਬੰਨਿਆ ਤਾਂ ਲੱਖ ਦਾ ਐ ਉਪਰੇ ਆਸਤੇ ਹੀ ਐ ਮੈਂ ਤੁਹਾਨੂੰ ਦੱਸਦਾ ਬੰਬਈ ਕਿੰਨੀ ਇੱਕ ਗੁੱਡੀ ਚੜੀ ਆ ਜੱਟ ਦੀ ਬੰਬਈ ਤੋਂ ਆਇਆ ਪਿੰਡ ਦਾ ਇੱਕ ਡਰਾਈਵਰ ਪੂਣੀ ਨਾਲ ਪੂਣੀ ਜੋ ਬੈਠਾ ਇਸ ਸਾਧਾਂ ਦੇ ਚੱਕਰਾਂ 'ਚ ਬੜਾ ਰਹਿੰਦਾ ਜਿੱਥੋਂ ਵੀ ਸੁਣਦਾ ਫਲਾਣਾ ਸਾਧ ਮੁੰਡੇ ਦਿੰਦਾ ਉੱਥੇ ਜਾ ਪੈਰ ਪੜਦਾ ਕਿਸੇ ਸਾਧ ਤੋਂ ਇੱਕ ਵਾਰ ਤਵੀਤ ਲੈ ਆਇਆ ਨਾਲੇ ਪੰਜਾਬ ਤੋਂ ਆਇਆ ਇੱਕ ਸੰਤ ਤੋਂ ਇਹਨੇ ਅਮਰਤ ਛਕ ਲਿਆ ਉਹਨੇ ਆਖਿਆ ਸੀ ਸ਼ਰਾਬ ਨਹੀਂ ਪੀਣੀ ਸਵਾ ਮਹੀਨਾ ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ ਚਾਰਕ ਦਿਨ ਤਾਂ ਸੁੱਖ ਦੇ ਲੰਘੇ ਇੱਕ ਦਿਨ ਕੰਜਰ ਸ਼ਰਾਬ ਦਾ ਰਜਿਆ ਇੱਕ ਚਾਲੂ ਜੀ ਤੀਵੀ ਨੂੰ ਘਰ ਹੀ ਲੈ ਆਇਆ ਪੈ ਗਿਆ ਕਲੇਸ਼ ਇਦੀ ਘਰ ਵਾਲੀ ਚਾਰੇ ਖੁਰ ਚੱਕ ਕੇ ਪੈ ਗਈ ਬੁਰਾ ਹਾਲ ਬੰਕੇ ਦਿਹਾੜੇ ਘਰ ਵਾਲੀ ਇਹਦੀ ਹਿੱਕ ਤੇ ਚੜੀ ਬੈਠੀ ਤਵੀਤ ਧਾਗੇ ਜੇ ਸਾਰੇ ਤੋੜ ਤੇ ਅੰਮ੍ਰਿਤ ਵਾਲੇ ਖੰਡੇ ਕਿਰਪਾਨ ਖਿਲਰ ਗਏ ਆਖੀ ਜਾਵੇ ਤੈਨੂੰ ਐਨੀ ਹੀ ਅੱਗ ਲੱਗੀ ਐ ਤਾਂ ਮੈਨੂੰ ਕੀੜੇ ਪਏ ਆ ਰਾਮ ਦੇਆ ਦੱਲਿਆ ਫਿਰ ਭਰਾਵਾਂ ਗੁੱਸੇ ਚ ਆਈ ਪੁੱਤਰੀ ਨੇ ਸਾਰੇ ਲੀੜੇ ਪਾੜ ਤੇ ਢਾਕਾਂ ਤੇ ਹੱਥ ਰੱਖੀ ਖੜੀ ਕਹਿੰਦੀ ਮਰਦ ਦਾ ਬੱਚਾ ਤਾਂ ਬੁੜੀਆਂ ਨੇ ਖੇਸ ਦੇ ਕੇ ਅੰਦਰ ਵੜੀ ਆਂਦੇ ਫੇਰ ਖਬਰ ਨੂੰ ਦੌਰਾ ਪੈ ਗਿਆ ਅਣਖ ਵਾਲਾ ਬੰਦਾ ਹੋਵੇ ਧਰਮ ਨਾਲ ਉਹ ਮਰ ਜੇ ਕੁਝ ਖਾ ਕੇ ਇਹ ਵੱਡਾ ਸਰਦਾਰ ਹਾਂ ਦੇਖੋ ਤੈਨੂੰ ਠੀਕ ਹੈ ਕਹੀ ਜਾਵੇ ਗੱਲ ਸੁਣ ਕੇ ਸਾਰੇ ਸੁੰਝੇ ਹੋ ਗਏ ਇਸ ਘਟਨਾ ਦੇ ਸੱਚਾ ਹੋਣ ਲਈ ਜਿਵੇਂ ਆਪਣੇ ਅੰਦਰਲੇ ਨੂੰ ਮਨਾ ਰਹੇ ਹਾਂ ਕਾਫੀ ਧੇਰ ਪਿੱਛੇ ਇੱਕ ਬਿਰਧ ਠੰਡਾ ਜਿਹਾ ਸਾਲ ਹੈ ਇਹਦੇ ਚ ਤਾਂ ਫੇਰ ਉਸ ਵਿਚਾਰੀ ਦਾ ਕਸੂਰ ਨਹੀਂ ਕੋਈ ਫੌਲੇ ਦੀ ਅਦਾਲਤ ਦੇ ਜੱਜ ਨੇ ਜਿਵੇਂ ਫੈਸਲਾ ਦੇ ਦਿੱਤਾ ਸਾਰੇ ਉਹ ਵਿਆਹੀ ਵਰੀ ਲੜਕੀ ਦੇ ਬੱਚਾ ਨਾ ਹੋਣਾ ਇਹ ਤਾਂ ਉਹਦੀ ਕੁੱਖ ਨੂੰ ਮਹਿਣਾ ਹੈ ਭਾਈ ਉਹਦੀ ਮਮਤਾ ਨੂੰ ਮਹਿਣਾ ਕਮਲੇ ਉਸ ਵਿਚਲੀ ਔਰਤ ਨੂੰ ਮਹਿਣਾ ਜੁੜੇ ਲੋਕਾਂ ਨੇ ਸਿਰ ਹਲਾ ਕੇ ਹਾਮੀ ਭਰੀ ਜਿਵੇਂ ਇਸ ਫੈਸਲੇ ਨੂੰ ਸਵੀਕਾਰ ਕਰ ਲਿਆ ਹੋ ਬਹੁਤ دیر ਦਾ ਚੁੱਪ ਕੀਤਾ ਬੈਠਾ ਰਿਟਾਇਰਡ ਮਾਸਟਰ ਸੁੱਚਾ ਸਿੰਘ ਬੋਲੇ ਦੇਖੋ ਨਾ ਕੁੜੀਆਂ ਫੁਲਕਾਰੀਆਂ ਕੱਢਦੀਆਂ ਕਿੰਨੀਆਂ ਰੀਝਾਂ ਨਾਲ ਕਿੰਨੀ ਸੋਹਣੀ ਲੱਗਦੀ ਹੈ ਦੇਖਣ ਨੂੰ ਸਾਰਾ ਜੱਗ ਸਲਾਉਂਦਾ ਫੁਲਕਾਰੀ ਨੂੰ ਠੀਕ ਹੈ ਨਾ ਕੁੜੀਆਂ ਚਿੜੀਆਂ ਵੀ ਆਪਣੀ ਰੂਹ ਫੂਕ ਦਿੰਦੀਆਂ ਪਰ ਇਹ ਪਹਿਲੇ ਵੇਲਿਆਂ 'ਚ ਅਮੀਰ ਘਰਾਣਿਆਂ ਦੀ ਸਾਜ਼ਿਸ਼ ਸੀ ਔਰਤ ਨੂੰ ਜੁੱਤੀ ਥੱਲੇ ਰੱਖਣ ਦੀ ਘਰ ਦੇ ਇੱਕ ਕੋਨੇ 'ਚ ਬੈਠੋ ਤੇ ਕੱਢੀ ਜਾਓ ਕੈਦਣਾ ਵਾਂਗ ਬਾਹਰ ਦੀ ਹਵਾ ਨਾ ਲੱਗ ਜੇ ਬੰਦਾ ਬਾਹਰ ਕੀ ਖੇ ਖਾਂਦਾ ਇਹ ਨਾ ਪਤਾ ਲੱਗ ਜੇ ਇਸੇ ਕਰਕੇ ਤਾਂ ਵਿਚਾਰੀਆਂ ਫੁਲਕਾਰੀਆਂ 'ਚ ਚਿੜੀਆਂ ਮੋਰ ਬਤਕਾ ਬਣਾ ਕੇ ਰੀਜਾਂ ਪੂਰੀਆਂ ਕਰਦੀਆਂ ਸੀ ਦਰਸਲ ਉਹਨਾਂ ਵਾਂਗ ਉੱਡਣਾ ਲੋਚਦੀਆਂ ਤਰਨਾ ਚਾਹੁੰਦੀਆਂ ਪਰ ਬੰਦਾ ਉਹਨੂੰ ਫੁਲਕਾਰੀ ਵਾਂਗੂ ਸੰਦੂਕ ਚ ਬੰਦ ਕਰਕੇ ਰੱਖ ਦਿੰਦਾ ਭਾਵੇਂ ਟਿੱਡੀਆਂ ਖਾਜਣ ਭਾਵੇਂ ਚੂਹੇ ਕੋ ਤਰ ਜਾਣ ਉਹਨਾਂ ਅੰਦਰ ਵੀ ਸਾਡੇ ਵਾਂਗ ਹੀ ਭਾਵਨਾਵਾਂ ਦੇ ਵੇਗ ਹੈ ਹੁਣ ਵੀ ਇਹੀ ਹਾਲ ਹੈ ਗੱਡੀਆਂ ਖਰੀਦੀ ਜਾਓ ਜ਼ਮੀਨਾਂ ਜਾਇਦਾਦਾਂ ਬਣਾਈ ਜਾਓ ਤੀਵੀਂ ਦੇ ਮਨ ਦੀ ਕੀ ਇੱਛਾ ਹੈ ਭਵੇਂ ਟੱਠੇ ਖੂਜ ਹੁਣ ਤੁਸੀਂ ਵੇਖਦੇ ਹੀ ਆ ਨਾ ਕੋਠਿਆਂ ਤੇ ਚੜ੍ਹ ਕੇ ਸਚਾ ਸਿੰਘ ਮਾਸਟਰ ਅਚਾਨਕ ਚੁੱਪ ਹੋ ਗਿਆ। ਉਦੋਂ ਹੀ ਲੋਕਾਂ ਨੇ ਵੇਖਿਆ ਬਘੇਲ ਸਿੰਘ ਦੀ ਘਰ ਵਾਲੀ ਤੇ ਬਘੇਲੇ ਦੀ ਮਾਂ ਪਿੰਡ ਦੇ ਤਾਂਗਿਆਂ ਵਾਲੇ ੱਡੇ ਨੂੰ ਜਾ ਰਹੀਆਂ ਸੀ। ਉਦੋਂ ਹੀ ਬਘੇਲ ਸਿੰਘ ਦੀ ਨਵੀਂ ਗੱਡੀ ਸ਼ਹਿਰੋਂ ਬਾਡੀ ਲਵਾ ਕੇ ਉਹਨਾਂ ਦੇ ਘਰ ਵੱਲ ਨੂੰ ਮੋੜੀ। ਘਰਾਂ ਦੀਆਂ ਔਰਤਾਂ ਬਾਹਰ ਨਿਕਲ-ਨਿਕਲ ਕੇ ਬਘੇਲ ਸਿੰਘ ਦੀ ਘਰ ਵਾਲੀ ਨੂੰ ਇਉਂ ਤੱਕ ਰਹੀਆਂ ਸੀ ਜਿਵੇਂ ਉਹਨਾਂ ਨੇ ਕੋਈ ਅਨੋਖੀ ਨੂਹ ਵੇਖੀ ਹੋਵੇ। ਬੱਚੇ ਨਵੀਂ ਗੱਡੀ ਦੇ ਪਿੱਛੇ ਭੱਜਦੇ ਰੌਲਾ ਪਾ ਰਹੇ ਸੀ। ੱਡੇ 'ਚ ਤਾਂਗਾ ਖੜਾ ਸੀ। ਬਘੇਲ ਸਿੰਘ ਦੀ ਮਾਂ ਨੂੰ ਉਹਨੂੰ ਛੱਡ ਕੇ ਮੋੜਾਈ। ਅੱਧਾ ਕੋਕੋਂ ਡੱਡੀ ਬਘੇਲ ਸਿੰਘ ਦੀ ਘਰ ਵਾਲੀ ਪਿਛਲੀ ਸੀਟ ਤੇ ਪਿੰਡ ਵੱਲ ਮੂੰਹ ਕਰਕੇ ਬੈਠ ਗਈ। ਤਾਂਗੇ 'ਚ ਬੈਠੀਆਂ ਹੋਰ ਸਵਾਰੀਆਂ ਨੇ ਉਹਦੇ ਹੱਥਾਂ ਤੇ ਬਾਹਾਂ ਤੇ ਸੱਟਾਂ ਦੇ ਨੀਲ ਪੈਵੇ। ਉਹਦੀ ਖੱਬੀ ਅੱਖ ਦੇ ਥੱਲੇ ਵੀ ਸੋਚ ਸੀ। ਇਹ ਤਾਂ ਸਾਰੇ ਟੱਬਰ ਨੇ ਰਲ ਕੇ ਕੁੱਟੀ ਹੋ ਕਈਆਂ ਨੇ ਸੋਚਿਆ। ਉਧਰ ਪਿੰਡ ਨਵੀਂ ਗੱਡੀ ਦੀ ਖੁਸ਼ੀ 'ਚ ਜੱਟ ਨੇ ਤੜਕੀ ਠੇਕੇ ਤੋਂ ਬੋਤਲ ਲੈ ਲਈ। ਉੱਥੇ ਤਕੜਾ ਹਾੜਾ ਲਾਇਆ ਤੇ ਲੋਕਾਂ ਨੂੰ ਬਘੇਲ ਸਿੰਘ ਦਾ ਲਲਕਾਰਾ ਸੁਣਿਆ। ਕਿਹੜਾ ਸਾਲਾ ਚੋਂ ਕਰ ਜੇ ਓਏ ਜੱਟ ਮੂਰੇ। ਦੀਨੇ ਪਹਿਲੀ ਵੇਚਣੀ ਐ ਆਜੋ ਉਹ ਟਾਂਗੇ ਵਾਲੇ ਨੇ ਹੋਕਾ ਦਿੱਤਾ ਚਲੋ ਇੱਕ ਸਵਾਰੀ ਸ਼ਹਿਰ ਬਈਓ ਤੇ ਸਵਾਰੀਆਂ ਨੇ ਵੇਖਿਆ ਭਗੇਲ ਸਿੰਘ ਦੀ ਘਰ ਵਾਲੀ ਨੇ ਬੰਗਾਰ ਜਈ ਨਾਲ ਅੱਧਾ ਕੁੰਡ ਵੀ ਹਟਾ ਦਿੱਤਾ ਪਿੰਡ ਵਾਲ ਝਾਕਿਆ ਜਿਵੇਂ ਆਖਰੀ ਹੋਵੇ ਹੈ ਕੋਈ ਮਰਦ ਪਿੰਡ ਚ ਮੈਂ ਵਕਾਉਂ ਆਵੇਂ ਪਿੰਡਾ ਆ ਟਾਂਗੇ ਨੇ ਹੁਜਕੇ ਨਾਲ ਉਹਦੀਆਂ ਅੱਖਾਂ ਵਿੱਚ ਲਈ ਰੁਕੇ ਹੰਝੂ ਗੱਲਾਂ ਤੇ ਵਹਿ ਆਏ ਟਾਂਗਾ ਤੁਰ ਪਿਆ ਬੱਜ ਕੇ ਮੋੜ ਤੋਂ ਬਾਈਓ ਧੰਨਵਾਦ